ਬਰਨਾਲਾ ਦੇ ਮੋਗਾ ਰੋਡ ਤੇ ਸਥਿਤ ਪੈਕਿੰਗ ਮੈਟਰੋਲੀਅਰ ਫੈਕਟਰੀ ਮੌਤ ਦੀ ਫੈਕਟਰੀ ਬਣਦੀ ਜਾ ਰਹੀ ਹੈ। ਇਹ ਫੈਕਟਰੀ 2 ਮਹੀਨੇ ਬਾਅਦ ਇੱਕ ਵਾਰ ਫਿਰ ਤੋਂ ਵਿਵਾਦਾਂ ਵਿੱਚ ਹੈ। ਫੈਕਟਰੀ ਵਿੱਚ ਇੱਕ ਮਜ਼ਦੂਰ ਦੀ ਟਰੱਕ ਤੋਂ ਡਿੱਗ ਕੇ ਮੌਤ ਹੋ ਗਈ। ਜਾਣਕਾਰੀ ਮੁਤਾਬਕ ਮ੍ਰਿਤਕ ਮਜ਼ਦੂਰ ਲਵਪ੍ਰੀਤ ਸਿੰਘ ਟਰੱਕ ਤੇ ਚੜ੍ਹ ਕੇ ਮਾਲ ਲੋਡ ਕਰ ਰਿਹਾ ਸੀ ਤਾਂ ਉਸਦਾ ਪੈਰ ਫਿਸਲ ਗਿਆ ਅਤੇ ਉਸਦੀ ਗਰਦਨ ਦਾ ਮਣਕਾ ਟੁੱਟ ਗਿਆ। ਉਸ ਨੂੰ ਇਲਾਜ ਲਈ ਪਹਿਲਾਂ ਬਰਨਾਲਾ ਫਿਰ ਲੁਧਿਆਣਾ ਲਿਜਾਇਆ ਗਿਆ, ਪਰ ਇਸ ਦੌਰਾਨ ਉਸਦੀ ਮੌਤ ਹੋ ਗਈ। ਫੈਕਟਰੀ ਵਿੱਚ ਕੰਮ ਕਰਨ ਵਾਲੇ ਵਰਕਰਾਂ ਦਾ ਦੋਸ਼ ਸੀ ਕਿ ਜਦੋਂ ਮਜ਼ਦੂਰ ਟਰੱਕ ਤੋਂ ਡਿੱਗਿਆ ਤਾਂ ਉਸਨੂੰ ਹਸਪਤਾਲ ਲਿਜਾਣ ਲਈ ਕੋਈ ਵੀ ਗੱਡੀ ਨਹੀਂ ਸੀ, ਉਸਨੂੰ ਮੋਟਰਸਾਈਕਲ ਤੇ ਹੀ ਹਸਪਤਾਲ ਲਿਜਾਇਆ ਗਿਆ। ਉਹ ਮੁੰਡਾ ਜੀ ਕੰਟੇਨਰ ਤੇ ਰੱਸੇ ਪਵਾ ਰਿਹਾ ਸੀਗਾ, ਉਹ ਰੋਲ ਡਿੱਗਣ ਦੇ ਕਾਰਨ ਜੀ ਸਾਨੂੰ ਕਹਿੰਦੇ ਨੇ ਵੀ ਹਾਈਟ ਕੱਢੋ ਰੋਲ ਦੀ, ਰੋਲ ਵੱਧ ਲਾਓ ਜੀ। ਜੇ ਅਸੀਂ ਕਹਿੰਦੇ ਵੀ ਘੱਟ ਲਾਵਾਂਗੇ ਸਾਨੂੰ ਸਾਡੇ ਨਾਲ ਧੱਕਾ ਕੀਤਾ ਜਾਂਦਾ ਜੀ, ਫਿਰ ਸਾਨੂੰ ਲਾਉਣੇ ਪੈਂਦੇ ਆ ਜੀ। ਉਹਦੇ ਤੋਂ ਰੋਲ ਤੋਂ ਤਿਲਕ ਕੇ ਜੀ ਉਹ ਮੁੰਡਾ ਡਿੱਗ ਪਿਆ, ਉਹਦਾ ਡਿੱਗਦੇ ਦਾ ਮਣਕਾ ਟੁੱਟ ਗਿਆ ਜੀ। ਉਹਦੀ ਡੈਥ ਹੋ ਗਈ ਜੀ ਹੁਣ ਇਸ ਟਾਈਮ ਲੁਧਿਆਣੇ DMC 'ਚ ਆ, ਅਤੇ ਇਸ ਕਾਰਨ ਜੀ ਇੱਥੇ ਕੋਈ ਪ੍ਰਬੰਧ ਨਹੀਂ ਹੈਗਾ ਜੀ। ਉਹਨੂੰ ਲੇਬਰ ਵਾਲੇ ਮੋਟਰਸਾਈਕਲ 'ਤੇ ਲੈ ਕੇ ਗਏ ਨੇ ਜੀ। ਇਹਨਾਂ ਤੋਂ ਜਿੱਦਾਂ ਇਹਨਾਂ ਦੀ ਅੱਗ ਲੱਗੀ ਸੀਗੀ ਜੀ, ਇਹਨਾਂ ਦਾ ਆਪਦਾ ਨੁਕਸਾਨ ਹੁੰਦਾ ਸੀਗਾ, ਉਹਦੇ 5 ਮਿੰਟਾਂ 'ਚ ਸਾਰੀਆਂ ਗੱਡੀਆਂ ਸਾਰੇ ਬਾਬੂ ਆ ਗਏ ਸੀਗੇ ਜੀ ਇੱਥੇ। ਅੱਜ ਹਾਲੇ ਤੱਕ ਕੋਈ ਨਹੀਂ ਆ ਕੇ ਖੜਿਆ ਜੀ। ਪਟਿੰਦਰ ਜੀ ਭਰਿਆ ਵਾ ਸੀਗਾ ਆਪਣੇ ਆਹ ਰੋਲਾਂ ਦਾ, ਉਹਦਾ ਮੁੰਡਾ ਦਬਾ ਨੇ 2 ਮਿੰਟ 'ਚ ਡਿੱਗ ਪਿਆ। ਡਿੱਗੇ ਪਿਆ ਤਾਂ ਕੋਈ ਉਹਦਾ ਬਾਰੀ ਪਾਸ ਨਹੀਂ, ਕੋਈ ਗੱਡੀ ਨਹੀਂ ਸੀ ਇੱਥੇ ਸਾਡੇ ਕੋਲੇ, ਸਾਡੇ ਲੇਬਰ ਵਾਲੇ ਬੰਦੇ ਮੋਟਰਸਾਈਕਲ 'ਤੇ ਲੈ ਕੇ ਗਏ ਆ। ਉਦੋਂ ਬਾਅਦ ਤੁਸੀਂ ਦੇਖ ਲਓ ਜੀ, ਇਹਨਾਂ ਤਾਰਾਂ ਤੂਰਾਂ ਸਭ ਕੁਝ ਨੰਗੀਆਂ ਪਈਆਂ ਜੀ, ਕੋਈ ਇੰਤਜ਼ਾਮ ਨਹੀਂ ਇਹਨਾਂ ਕੋਈ, ਕੋਈ ਐਂਬੂਲੈਂਸ ਦਾ ਇੰਤਜ਼ਾਮ ਨਹੀਂ, ਕੋਈ ਇਹਨਾਂ ਕੋਲ ਪਾਣੀ ਦਾ ਪ੍ਰਬੰਧ ਨਹੀਂ ਗਾ। ਬਾਹਰੋਂ ਜਿੰਦੇ ਲਾਦਨੇ ਨੇ ਫਿਰ ਸਾਡੇ ਨਾਲ ਲੜੋ ਲੜੀਆ ਕਰਦੇ, ਸਾਨੂੰ ਗਾਲਾਂ ਕੱਢਦੇ ਲੇਬਰ ਵਾਲਿਆਂ ਨੂੰ। ਬਹੁਤ ਹੀ ਇਹਨਾਂ ਹੈਰਾਨ ਕਰ ਮਰਿਆ। ਅੱਗੇ 3 ਬੰਦਿਆਂ ਦੀ ਪਹਿਲਾਂ ਮੌਤ ਹੋ ਰੋਕੀ ਆ ਇੱਥੇ। ਉਦੋਂ ਅੱਗ ਲੱਗੀ ਆ ਜੀ ਇਹਨਾਂ ਦੇ, 3 ਬੰਦੇ ਮਰ ਗਏ ਜੀ ਉਦੋਂ। ਇਸ ਮਾਮਲੇ ਵਿੱਚ SHO ਸ਼ਮਸ਼ੇਰ ਸਿੰਘ ਦਾ ਕਹਿਣਾ ਹੈ ਕਿ ਮ੍ਰਿਤਕ ਦੇ ਵਾਰਸ ਲੁਧਿਆਣਾ ਵਿੱਚ ਨੇ, ਉਹਨਾਂ ਦੇ ਆਉਣ ਤੋਂ ਬਾਅਦ ਬਿਆਨ ਦਰਜ ਕਰਕੇ ਕਾਰਵਾਈ ਕੀਤੀ ਜਾਵੇਗੀ। ਇਸ ਤਰ੍ਹਾਂ ਜੀ ਨਾ, ਅਜੇ ਤੱਕ ਜਿਹੜੇ ਇਹਦੇ ਵਾਰਸ ਗਏ ਹੋਏ ਆ, ਮਗਰ ਉੱਥੇ ਹੋਸਪਿਟਲ 'ਚ ਜਿਹੜੀ ਬੋਡੀ ਪਈ ਹੈਗੀ ਆ ਲੁਧਿਆਣਾ, ਅਤੇ ਮਤਲਬ ਇਹਨਾਂ ਦੇ ਵਾਰਸਾਂ ਨਾਲ ਗੱਲਬਾਤ ਕਰਕੇ ਸਾਰਾ ਜਿਹੜੀ ਆ ਜੋ ਵੀ ਸਟੇਟਮੈਂਟ ਦੇਣਗੇ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਵੇਗੀ। ਪੂਰੇ ਮਾਮਲੇ ਵਿੱਚ ਜਦੋਂ ਫੈਕਟਰੀ ਮਾਲਕ ਨਾਲ ਗੱਲ ਕਰਨੀ ਚਾਹੀ ਤਾਂ ਉਹਨਾਂ ਨੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ। ਇੱਥੇ ਵੀ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਇਸ ਫੈਕਟਰੀ ਵਿੱਚ ਹਾਦਸਾ ਹੋ ਚੁੱਕਿਆ ਅਤੇ ਉਸ ਦੌਰਾਨ 3 ਮਜ਼ਦੂਰਾਂ ਦੀ ਮੌਤ ਹੋਈ ਸੀ, ਜਿਸ ਤੋਂ ਬਾਅਦ ਵੀ ਜ਼ਿਲ੍ਹਾ ਪ੍ਰਸ਼ਾਸਨ ਨੇ ਕੋਈ ਸੀਖ ਨਹੀਂ ਲਈ ਅਤੇ ਬਿਨਾਂ ਸੇਫਟੀ ਚੈੱਕ ਕੀਤੇ ਫੈਕਟਰੀ ਨੂੰ ਚੱਲਣ ਦਿੱਤਾ। ਬਰਨਾਲਾ ਤੋਂ ਬਾਲਕ੍ਰਿਸ਼ਨ ਗੋਇਲ ਦੀ ਰਿਪੋਰਟ, ਡੇਲੀ ਪੋਸਟ ਪੰਜਾਬੀ। ਪੜ੍ਹਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਕਰੋ 93978 93978।